ਉੱਥੇ 99% ਖਤਰਾ ਨਾਲ ਹੀ ਨਾਲ ਹੈ ਕਿ ਕਦੇ ਕਦੇ ਤਾਂ ਪਹਾੜ ਸਿਰ ਦੇ ਉੱਤੇ ਖੜੇ ਹੁੰਦੇ ਆ ਤੇ ਕਦੇ ਕਦੇ ਤੁਸੀਂ ਪਹਾੜਾਂ ਦੇ ਸਿਰ ਤੇ ਚੜੇ ਹੁੰਦੇ ਆ ਜੀ ਅੱਜ ਮੇਰਾ ਆਖਰੀ ਦਿਨ ਹੈ ਸਪੀਤੀ ਰਾਈਡ ਦਾ ਤੇ ਇਸ ਟਾਈਮ ਮੈਂ ਸਪਿਲੋ 'ਚ ਹਾਂ ਸਪਿਲੋ ਦੀ ਤੁਹਾਨੂੰ ਮੋਰਨਿੰਗ ਦੀ ਚਹਿਲ ਪਹਿਲ ਦਿਖਾਉਂਦਾ ਛੋਟਾ ਜਿਹਾ ਟਾਊਨ ਹੈ ਲੇਕਿਨ ਫਿਰ ਵੀ ਕਾਫੀ ਅੱਛੀ ਜਗ੍ਹਾ ਹੈ ਕਾਫੀ ਜ਼ਿਆਦਾ ਫੈਸਿਲਿਟੀ ਹੈ ਇੱਥੇ HRTC ਦੀਆਂ 4 ਬੱਸਾਂ ਖੜੀਆਂ ਪਹਿਲਾਂ ਤਾਂ ਇੱਥੇ ਚੰਗੀ ਖਾਸੀ ਚਹਿਲ ਪਹਿਲ ਹੈ ਅਤੇ ਉਹ ਸਾਹਮਣੇ ਸਨੋਅ ਪਈ ਹੋਈ ਹੈ ਪੀਕ 'ਤੇ ਸਤਲੁਜ ਰਿਵਰ ਸਾਰੀ ਰਾਤ 24 ਘੰਟੇ ਚੱਲਦਾ ਹੀ ਰਹਿੰਦਾ ਹੈ ਇਹ ਨਹੀਂ ਰੁਕਦਾ ਉਹ ਪਿੰਡ 'ਤੇ ਧੁੱਪ ਆ ਗਈ ਹੈ ਪਿੰਡ ਕਿਹੜਾ ਉਹ ਪਤਾ ਨਹੀਂ ਚੱਲਿਆ ਹਲੇ ਪਤਾ ਕਰਦੇ ਹਾਂ ਕਿਹੜਾ ਪਿੰਡ ਹੈ ਹੈਲੋ ਜੀ ਉੱਠ ਗਿਆ ਸੀ ਮੈਂ 6:30 ਵਜੇ ਅਤੇ ਮੋਰਨਿੰਗ ਟਾਈਮ ਇੱਥੇ ਬਾਥਰੂਮ 'ਚ ਪਾਣੀ ਨਹੀਂ ਸੀ ਆ ਰਿਹਾ ਪਾਣੀ ਆਉਣ ਦੀ ਵਜ੍ਹਾ ਦੱਸ ਰਹੇ ਹੈ ਕਿ ਕਿਸੇ ਨੇ ਰਾਤ ਟੂਟੀ ਵਗੈਰਾ ਖੋਲ੍ਹਤੀ ਹੋਏਗੀ ਤਾਂ ਕਰਕੇ ਪਾਣੀ ਨਹੀਂ ਆਇਆ ਹੁਣ ਪਾਣੀ ਆਉਣ ਲੱਗ ਪਿਆ ਹੁਣ ਆਪਾਂ ਨਹਾਉਂਦੇ ਹਾਂ ਨਹਾ ਕੇ ਹੁੰਦੇ ਆ ਤਿਆਰ ਸਮਾਨ ਕਰਦੇ ਹਾਂ ਪੈਕ ਅਤੇ ਇੱਥੋਂ 10 ਘੰਟੇ ਦਾ ਸਫ਼ਰ ਹੈ 10 ਘੰਟੇ ਨਹੀਂ 9 ਘੰਟੇ 15 ਮਿੰਟ ਦਾ ਸਫ਼ਰ ਹੈ ਸਪਿਲੋ ਟੂ ਚੰਡੀਗੜ੍ਹ ਦਾ 11-12 ਘੰਟੇ ਮੈਨੂੰ ਲੱਗ ਜਾਣਗੇ ਕਿਉਂਕਿ ਮੈਂ ਰੁਕਦਾ ਜਾਊਂਗਾ ਕੁਛ ਖਾਣਾ ਪੀਣਾ ਵੀ ਹੋਏਗਾ ਅਤੇ ਕੁਛ ਵਲੋਗਿੰਗ ਵੀ ਕਰਨੀ ਹੋਊਗੀ ਗੁੱਡ ਮਾਰਨਿੰਗ ਫਰੋਮ ਸਪਿਲੋ ਅਤੇ ਅੱਜ ਮੇਰੀ ਰਾਈਡ ਦਾ ਆਖਰੀ ਦਿਨ ਹੈ ਅਤੇ ਜਾ ਰਹੇ ਹਾਂ ਆਪਾਂ ਚੰਡੀਗੜ੍ਹ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਵੈਲਕਮ ਤੁਹਾਡਾ ਮੇਰੇ ਚੈਨਲ ਕਲੱਬ GSV 'ਤੇ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਮਿਲਦੇ ਹਾਂ ਨਹਾ ਧੋ ਕੇ ਫਰੈਸ਼ ਹੋ ਕੇ ਚਾਹ ਚੂ ਪੀ ਕੇ ਚੱਲਦੇ ਹਾਂ ਫਿਰ ਬਾਈਕ ਕੱਢ ਕੇ ਚੰਡੀਗੜ੍ਹ ਵੱਲ ਨੂੰ ਆਪਣੇ ਘਰ ਵੱਲ ਨੂੰ